ਸਾਰੇ ਨੇ ਪੁੱਛਣੇ ਸਾਰੇ ਸਿਰਫ ਫੁੱਲ ਲੈ ਇਦਾਂ ਫੁੱਲ ਫੜਾਣਾ ਨਾ ਕੋਈ ਗੱਲ ਨਹੀਂ ਬੰਦੇ ਮੇਰੇ ਖਰਾਬੀਆਂ ਕਰਦੇ ਮੈਂ ਆਪਣਾ ਹੱਥ ਉੱਤੇ ਵਿੱਚ ਆ ਗਿਆ ਤੇ ਹੱਥ ਤੇਰੇ ਮੂੰਹ ਤੇ ਛੁੱਟ ਕੇ ਤੇ ਨਹੀਂ ਵੱਜ ਲੱਗਾ ਐ ਓ ਤੇਰਾ ਭਲਾ ਜੀ ਤੇਰਾ ਓ ਹੀ ਲੱਗੀ ਪਰ ਜੋ ਚੰਦਨ ਉਹ ਲੜੀ ਜਾਣਾ ਸਤਿ ਜੀ ਸਾਰਿਆਂ ਨੂੰ ਲੈ ਵੀ ਮਿੱਤਰਾ ਅੱਜ ਦੇ ਦਿਨ ਅਤੇ ਅੱਜ ਦੇ ਵਲੋਗ ਦੀ ਸ਼ੁਰੂਆਤ ਕਰਤੀ ਬੜੇ ਦਿਨ ਹੋ ਗਏ ਇਹ ਵਲੋਗ ਨਾ ਬਣਾਈਦਾ ਸੀ 10 ਮਿੰਟ ਦਾ ਬਣਦਾ ਸੀ ਅਤੇ ਪਾਉਣ ਨੂੰ ਬਸ ਜੀ ਨਹੀਂ ਕਰਦਾ ਮੈਂ ਚੋਬਰਾਂ ਨੇ ਆਖਣਾ ਨਾ ਚਲੋ ਵੀਰ ਸਾਨੂੰ ਇਹ ਵਲੋਗ ਪਸੰਦ ਹੀ ਨਹੀਂ ਆਇਆ ਭਾਵੇਂ ਜਿੰਨਾ ਮਰਜ਼ੀ ਫਨ ਕੀਤਾ ਹੋਵੇ ਹੈ ਨਾ ਉਹ ਫਿਰ ਅੱਧ ਵਿਚਕਾਰ ਜੇ ਵਲੋਗ ਰਹਿ ਜਾਂਦਾ ਸੀ ਕਿਤੇ ਨਾ ਕਿਤੇ ਚੱਲ ਜਾਈਦਾ ਜਾਣਾ ਪੈ ਜਾਂਦਾ ਕੰਮ ਧੰਦਿਆਂ ਕਰਕੇ ਹਰਮਨ ਦੇ ਖੰਡ ਪਾਠ ਸਾਹਿਬ ਤੋਂ ਬਾਅਦ ਉਹ ਤੋਂ ਬਾਅਦ ਇੱਕ ਅੱਧਾ ਵਲੋਗ ਸ਼ਿੰਦ ਬਣਾਇਆ ਦੋ ਤਿੰਨ ਦਿਨ ਬਣਾਇਆ ਕੱਲ੍ਹ ਵੀ ਪ੍ਰੋਗਰਾਮ 'ਤੇ ਗਏ ਸੀ ਉੱਥੇ ਬਣਾਇਆ ਤੋਂ ਬਾਅਦ ਉੱਥੇ ਜਾ ਕੇ ਬਾਅਦ ਜੋ ਉੱਥੇ ਫੰਕਸ਼ਨ ਕਰਨ ਡੇ ਪਏ ਅਤੇ ਫਿਰ ਕੈਮਰੇ ਵੱਲ ਧਿਆਨ ਹੀ ਨਾ ਗਿਆ ਅਤੇ ਰਾਤ ਨੂੰ ਫਿਰ ਜਦੋਂ ਵਾਪਸੀ 'ਤੇ ਵੀ ਆਉਣਾ ਸੀ ਧੁੰਦ ਬੜੀ ਪੈ ਗਈ ਰਾਤੀ ਫਿਰ ਲਾਗੇ ਸ਼ੇਰੇ ਦਾ ਪਿੰਡ ਸੀ ਉੱਥੇ ਹੀ ਰੋ ਗਏ ਉੱਦਾਂ ਮੇਰੇ ਕੋਲ ਅੱਧੇ ਅੱਧੇ ਵਲੋਗ ਬਣੇ ਪਏ ਜਿੱਦਾਂ ਸਵੇਰ ਤੋਂ ਲੈ ਕੇ ਅੱਧੇ ਕੁ ਦਿਨ ਤੱਕ ਬਣੇ ਪਏ ਫਿਰ ਪਾਏ ਨਹੀਂ ਅਸੀਂ ਸੋਚਿਆ ਅੱਜ ਕਿ ਨਵੇਂ ਸਿਰੋਂ ਦੁਬਾਰਾ ਸ਼ੁਰੂ ਕਰੀਏ ਪ੍ਰੋਗਰਾਮ ਅਤੇ ਦੁਬਾਰਾ ਬਣਾਈਏ ਵਲੋਗ ਅੱਜ ਤਾਂ ਪਾਈਏ ਫਿਰ ਅਤੇ ਹੁਣ ਵੀ ਲਾ ਲਓ ਹਿਸਾਬ ਕਿ 12 ਵੱਜ ਗਏ ਆ ਅਤੇ ਹੁਣ ਅਸੀਂ ਵਲੋਗ ਦੀ ਕੀਤੀ ਸਟਾਰਟਿੰਗ ਉਹ ਵੀ ਮੇਰੇ ਨਾਲ ਦੇ ਚੋਬਰ ਬੈਠੇ ਸੀ ਕਹਿੰਦੇ ਭਾਈ ਜੀ ਨਹੀਂ ਲੱਗਣਾ ਮੈਂ ਜੀ ਤਾਂ ਮੇਰਾ ਨੂੰ ਲੱਗਣ ਡਿਆ ਦੇਣੀ ਤਾਂ ਦੇ ਆ ਗਏ ਆ ਕੁਛ ਕਰਨ ਨੂੰ ਜੀ ਨਹੀਂ ਕਰਦਾ ਕਿਉਂਕਿ ਧੁੰਦ ਪੈਂਦੀ ਆ ਅਤੇ 12-1 ਵਜੇ ਮਹਾਂ ਮਾੜਾ ਦਿਨ ਜਿਹਾ ਨਿਖਰਦਾ ਵਾ ਬਾਹਰ ਨਿਕਲ ਜਦੋਂ ਵੇਖੀਦਾ ਕਿ ਹਾਂ ਵੀ ਮਾੜਾ ਦਿਨ ਨਿਖਰਿਆ ਇੱਕ ਠੰਡ ਬੜੀ ਹੋ ਗਈ ਆ ਨਹੀਂ ਤਾਂ ਇੰਨੀ ਠੰਡ ਨਹੀਂ ਹੈਗੀ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਤਾਂ ਉਸ ਕਰਕੇ ਬੰਦਾ ਫਿਰ ਅੰਦਰ ਰਜਾਈ ਜੀ ਨੱਪ ਕੇ ਪੈ ਜਾਂਦਾ ਅਤੇ ਤੁਰਾਂ ਫਿਰਾਂਗੇ ਬਾਹਰ ਹੱਸਾਂ ਖੇਡਾਂਗੇ ਫਿਰ ਹੀ ਵਲੋਗ ਬੰਨੇ ਆ ਇੱਧਰ ਮੇਰੇ ਨਾਲ ਦੇ ਚੋਬਰ ਡਟ ਗਏ ਵੀ ਇੱਧਰ ਚੋਬਰ ਕਹਿੰਦੇ ਡਟ ਗਏ ਆ ਅਤੇ ਕਹਿੰਦੇ ਸਾਫ਼ ਸਫਾਈ ਕਰੀਏ ਅਤੇ ਆਪ ਹੀ ਡੈਵੇ ਬੰਦੇ ਆਪ ਹੀ ਕਿਆ ਬਾਤਾਂ ਹੀ ਪਈਆਂ ਉੱਧਰ ਕਹਿੰਦੇ ਬਲਜੀਤ ਹੋਣੀ ਲੱਗੇ ਪਏ ਜੀ ਦੁਬਾਰਾ ਮਿਸਤਰੀ ਨੇ ਕੀਤਾ ਕੰਮ ਸ਼ੁਰੂ ਇਹਨਾਂ ਨੇ ਠੇਕਾ ਇੱਕ ਅੱਧੇ ਸਾਡੇ ਹੋਰ ਫੜਿਆ ਮੇਰੇ ਸਾਨੂੰ ਉੱਧਰ ਨਾ ਪਾਉਂਦੇ ਕਿੱਲੀਏ ਆ ਵੀ ਚੋਬਰਾ ਬਲਜੀਤ ਅੱਜ ਲਾ ਦੇ ਯਾਰ ਪੋਲ ਕੱਢਦੇ ਸਾਨੂੰ ਅੱਜ ਬੜੇ ਚਿਰਦੇ ਲਿਆਉਂਦੇ ਪਏ 2 ਸਾਲ ਹਜੇ ਲੱਗੇ ਜੀ ਉਹ ਜਦੋਂ ਆਪਾਂ ਉਹ ਘਰ ਦਾ ਕੰਮ ਸ਼ੁਰੂ ਕੀਤਾ ਉਹਦੇ ਲਿਆਉਂਦੇ ਜੀ ਅਤੇ ਹੁਣ ਤੱਕ ਲਾਏ ਨਹੀਂ ਤੂੰ ਤੁਹਾਡਾ ਸਾਥ ਨਹੀਂ ਦਿੰਦਾ ਤੇ ਤੂੰ 3-4 ਥਾਵਾਂ 'ਤੇ ਠੇਕਾ ਫੜਿਆ ਮੈਨੂੰ ਸ਼ੱਕ ਜਿਹਾ ਪੈਂਦਾ ਜੀ ਹੈਂ ਲੱਗਦਾ ਮੈਨੂੰ ਪੈਸੇ ਮੇਰੇ ਵੱਲ ਵਾਹਵਾ ਚੱਲ ਗਏ ਮੈਂ ਦੱਸਣਾ ਤੇ ਇਹਨਾਂ ਵੇ ਤੂੰ ਹੁਣ ਸ਼ੇਰਾ ਵੀ ਕਹਿਣ ਡਿਆ ਮੈਂ ਵੀ ਕੰਮ ਸ਼ੁਰੂ ਕਰਾਉਣਾ ਤੇ ਹੋਣਾ ਕੰਮ ਹੋ ਜਾਏ ਕਿਤੇ ਆਹੋ ਇੱਥੋਂ ਆਪਾਂ ਖਿੱਚੀਏ ਮਾੜਾ ਜਿਹਾ ਕੰਮ ਨੂੰ ਹੈਂ ਲੈ ਵੀ ਮੌਸਮ ਤਾਂ ਜਿਹੜਾ ਨਾ ਮੌਸਮ ਹੈ ਮੌਸਮ ਵੀ ਕਹਿੰਦੇ ਪਰ ਇਹ ਮੌਸਮ ਸਾਨੂੰ ਕੁਝ ਕਰਨਾ ਹੀ ਨਹੀਂ ਦਿੰਦਾ ਕੀ ਕਹਿੰਦੇ ਇੱਧਰ ਚੋਬਰਾਂ ਨੇ ਕਰਤਾ ਸੀ ਥਾਂ ਸਾਫ਼ ਮੈਂ ਨਾ ਬੰਦੇ ਦਿਹਾੜੀ ਦੇ ਲਿਆਉਣ ਦੀ ਗਿਲੜ ਪਿਆ ਸਾਫ਼ ਕਰਨਾ ਆਪਾਂ ਆਪ ਹੀ ਡਟ ਜਾਈਏ ਹੈਂ ਇਹਨਾਂ ਨੂੰ ਮੈਂ ਜੇ ਬੰਦੇ ਨਾਲ ਦੇ ਨੂੰ ਕੰਮ ਦੱਸਿਆ ਨਾ ਫਿਰ ਨਹੀਂ ਕਰਦੇ ਜੇ ਮੈਂ ਲਾਗੇ ਬੰਨੇ ਹੋਵਾਂ ਤਾਂ ਫਿਰ ਚੰਗੀ ਮੌਕਰ ਫਿਰਦੇ ਆਹ ਮਿੰਟ ਇੱਕ ਨਹੀਂ ਲਾਇਆ ਦਿੰਦੇ ਵੇਲਾ ਥਾਂ ਬਹਿਣ ਬੂਹਣ ਵਾਲਾ ਬਣਾ ਲਿਆ ਓਕੇ ਰਿਪੋਰਟ ਅੰਦਰ ਕੋਈ ਮੰਜਾ ਨਹੀਂ ਖੁੱਲ੍ਹਣਾ ਇਕੱਲੇ ਕੋ ਨਹੀਂ ਖੋਲ੍ਹਤਾ ਜੀ ਚੋਬਰ ਨੇ ਖੋਲ੍ਹਤਾ ਜੀ ਹੈਗੀ ਗੱਲ ਉਹ ਗੱਲ ਕਹਿੰਦੇ ਬਾਬਾ 2 GB ਆਉਂਦਾ ਹੋਇਆ ਬਲਾ ਬਲਾ ਉਹ ਚੋਬਰ ਨੇ ਖਿੱਚਦੀ ਕਹਿੰਦੇ ਸਕੂਟਰੀ ਕਹਿੰਦੇ ਕਹਾਣੀ ਐਕਟਿਵਾਨ ਨਿੱਕਿਆ ਜਿਹੜੇ ਤੂੰ ਕੁੱਕਰ ਲਿਆ ਕੇ ਦਿੱਤੇ ਨਾ ਉਹ ਗੰਦ ਬੜਾ ਪਾਉਣ ਡੇ ਸਾਲਿਆ ਇੱਦਾਂ ਨਾ ਕਰ ਉਹ ਲੈ ਜਾ ਅੱਜ ਗੁਰੂਆ ਜਿਹੜਾ ਤੂੰ 10 ਕੁੱਕਰ ਲਿਆ ਕੇ ਦਿੱਤੇ ਨਾ ਮੈਨੂੰ ਉਹ 10 ਕੁੱਕਰ ਤੇਰੇ ਇੰਨਾ ਗੰਦ ਪਾਉਣ ਡੇ ਨਾ ਇਹ ਬੰਦੇ ਨੇ ਮੈਨੂੰ ਲਾਰਾ ਲਾਇਆ
ਕਿੱਡੇ ਲਵੇ ਕੁੱਕੜ ਮੈਂ ਲਿਆ ਕੇ ਦਊ ਕੁੱਕੜੀ ਕੁੱਕੜੀਆਂ ਚਾਹੀਦੀਆਂ ਸੀ ਆਂਡੇ ਵਾਲੀਆਂ ਕਿਉਂ ਖੁੱਡੇ ਬਣਾਏ ਨਿੱਕੇ ਨੇ ਮੈਨੂੰ ਸਲਾਹ ਸੀਗਾ ਉੱਥੇ ਬਣਾਉਣੇ ਤੇ ਖੁੱਡੇ ਹੁਣ ਕਬੂਤਰ ਉੱਡੀ ਜਾਣ ਡਿਆ ਮੈਨੂੰ ਦਿਖਣ ਡਿਆ ਵੇਲਾ ਏਦਾਂ ਨਾ ਕਰਿਆ ਕਰ ਦੱਸਣ ਰਿਹਾ ਖੁੱਡੇ ਅੱਛਾ ਬਾਬਾ ਕੀ ਲੈ ਗਿਆ ਓਏ ਹੈ ਰੋਟੀ ਲਿਆ ਰੋਟੀ ਨਹੀਂ ਏਦਾਂ ਮਾਂ ਸਰਪੰਚ ਏਦਾਂ ਨਾ ਕਰਿਆ ਕਰ ਆਪਣਾ ਲੰਗਰ ਉਹ ਚਾਚੇ ਘਰ ਅੱਜ ਕਿਤੇ ਨਾ ਕਿਤੇ ਆਟਾ ਬਚਾ ਲਿਆ ਕਰੋ ਹੈ ਏਦਾਂ ਨਾ ਕਰਿਆ ਕਰੋ ਉਹ ਲਗਾਤਾਰ ਪੰਜ ਖੰਡ ਪਾਠ ਸਾਹਿਬ ਚੱਲੇ ਆ ਤੇ ਆਪਣੀ ਰੋਟੀ ਸ਼ਾਮਾਂ ਦੀ ਉੱਧਰ ਹੁੰਦੀ ਸੀ ਤੇ ਤੁਸੀਂ ਫਿਰ ਵੀ ਨਹੀਂ ਖਾਧੀ ਤੇ ਮਾੜੀ ਗੱਲ ਆ ਹੈ ਮੈਂ ਵੀ ਬੜੇ ਜਨਾਬ ਬਾਦ ਨਾ ਅੱਜ ਚਿੱਤ ਖੁਸ਼ ਜਿਹਾ ਆਇਆ ਜੀ ਅੱਜ ਸਾਡੇ ਸਾਰੇ ਬੰਦੇ ਇਕੱਠੇ ਹੋਣੇ ਅਜੇ ਸ਼ੇਰਾ ਚੋਬਰ ਨਹੀਂ ਹੈਗਾ ਸ਼ੇਰਾ ਚੋਬਰ ਗਿਆ ਮੈਚ ਦੇ ਕ੍ਰਿਕਟ ਖੇਡਣ ਗਿਆ ਟੂਰਨਾਮੈਂਟ ਖੇਡ ਗਿਆ ਕ੍ਰਿਕਟ ਦਾ ਉਹ ਹੈ ਇਹਨੇ ਬੜਾ ਜਾ ਕੇ ਪੁੱਛਦੇ ਪਿੱਚ ਕਿੱਦਾਂ ਦੀ ਪਿੱਚ ਕਿੱਦਾਂ ਦੀ ਪਿੱਚ ਕੁਛ ਨਹੀਂ ਪੈਣੀ ਨਾ ਪਿੱਚ ਕਿੱਦਾਂ ਦੀ ਦੋ ਦਿਨ ਖੁਰਾਕ ਨਾ ਖਾਵੇ ਕਹਿੰਦਾ ਮੇਰੇ ਗੋਡੇ ਨਿਕਲ ਕੇ ਮੇਰੇ ਆਹ ਹੋ ਗਿਆ ਚੁੱਪ ਰਾਡਾ ਵਹਿਮੀ ਬੜਾ ਆ ਅੱਜ ਗਿਆ ਕਿਤੇ ਘਰਦਿਆਂ ਦੇ ਨਾਲ ਅਸੀਂ ਆਉਂਦਿਆਂ ਨੂੰ ਸਤਾਉਣਾ ਕਿ ਤੂੰ ਕੁੜੀ ਵਾਲੇ ਪਾਸੇ ਗਿਆ ਤੇ ਬੜਾ ਖਿੱਚਦਾ ਲੈ ਜਾਓ ਕੋਈ ਬਾਬੇ ਨੂੰ ਬਾਬਾ ਆਪਾਂ ਰੂਮ ਦੀ ਸਫਾਈ ਕਰ ਲਈ ਮਾੜੀ ਮੰਨੇ ਤੂੰ ਆ ਜੇ ਬਾਬੇ ਖੜਾ ਬਾਬੇ ਲੈ ਮੈਂ ਤਾਂ ਮੰਨਾ ਗਿਆ ਫਿਰ ਹੈਂ ਜਾ ਵਾਰ ਅੱਜ ਲਈ ਮੰਨੇ ਆਪਾਂ ਕਮਰਾ ਮਾੜਾ ਜਿਹਾ ਨਾ ਸਮਾਨ ਸਮੂਨ ਸੈੱਟ ਕਰਨ ਵਾਲਾ ਕਰ ਲਈਏ ਆਪਾਂ ਮਾੜਾ ਜਿਹਾ ਹੈਂ ਐਂ ਸਰਪੰਚਾ ਕਿਹੜਾ ਮੱਟ ਜੇ ਕੱਢ ਲਓ ਇੱਧਰੋਂ ਐਂ ਓਕੇ ਬੋੜਾ ਥਾਂ ਆਪਾਂ ਕਰ ਲੈਣਾ ਸੈੱਟ ਆਪਾਂ ਦੋਵਾਂ ਇੱਥੇ ਹੁਣ ਪਿੰਡ ਹੀ ਅਸੀਂ ਇਸੇ ਕੰਮ 'ਤੇ ਹੀ ਹੈ ਇਹ ਕਾਡਾ ਬਲਜੀਤ ਆ ਗਿਆ ਹੁਣ ਬਲਜੀਤ ਬਣਾ ਗੱਲ ਨਹੀਂ ਬਣਦੀ ਮਜੀਦ ਵੇਖ ਲੈ ਜੇ ਗਿਆ ਨਾ ਕਦੇ ਤੈਨੂੰ ਸੌ ਤੈਨੂੰ ਆਟਾ ਬਾਟਾ ਹੀ ਅੱਛਾ ਤਾਂ ਹੀ ਫਿਰ ਲਾਗੇ ਲੱਗ ਗਿਆ ਹਨਾ ਇੱਥੋਂ ਫੜਿਆ ਮੋਟਰਸਾਈਕਲ ਕਿਲੋਮੀਟਰ 'ਚ ਆਟਾ ਆ ਜਾਂਦਾ ਆ ਗਿਆ ਵੀ ਜਿਹਦੀ ਗੱਲ ਦੀ ਹੁਣ ਪਤਾ ਲੱਗ ਗਈ ਯਾਰ ਉੱਪਰ ਤਾਂ ਹੀ ਦੂਰ ਨਹੀਂ ਜਾਣ ਡੇ ਕਿਤੇ ਲੈ ਵੀ ਇੱਧਰ ਕਮਰੇ 'ਚ ਵੀ ਨਾ ਚੰਗੀ ਲਾਲਾ ਲਾਲਾ ਹੋਈ ਪਈ ਆ ਕਮਰਾ ਕਰੀਏ ਸੈੱਟ ਲੀੜਾ ਕੱਪੜਾ ਬੜਾ ਖਲਾਰਿਆ ਪਿਆ ਬੰਦੇ ਸਾਡੇ ਨੇ ਬਜਿੰਦਰਾ ਮਾਰਦੇ ਤੇ ਆ ਕੇ ਕਰ ਲੈਂਦੇ ਬਾਕੀ ਅਸਲ ਦੇ ਵਿੱਚ ਨਾ ਖੰਡ ਪਾਠ ਵਾਲੇ ਘਰੋਂ ਮੈਨੂੰ ਥੋੜ੍ਹੀ ਜਿਹੀ ਪਕੌੜਿਆਂ ਦੀ ਵਾਸ਼ਨਾ ਜੀ ਆਉਣ ਡੇ ਪਈ ਮੈਂ ਕਿਹਾ ਗੇੜਾ ਕਮਾ ਰਹੀ ਹੈ ਤੁਹਾਡੀ ਵੀ ਰੋਟੀ ਉੱਧਰ ਜੇ ਠੀਕ ਹੈ ਬਾਬੂ ਪਕਵਾਨ ਵਾਹ ਬਣੇ ਉੱਧਰ ਲੰਗਰ ਓਕੇ ਰਿਪੋਰਟ ਹੈ ਤਾਂ ਆ ਜਾਓ ਫਿਰ ਆ ਕਾਂਡੀ ਆ ਕੇ ਫੇਰ ਲਿਓ ਸਰਪੰਚ ਆ ਜਾਓ ਗੇੜਾ ਕਲਾਈਏ ਬੰਦੇ ਨਾ ਨਾ ਇੱਕ ਗੇੜਾ ਲਾ ਆਉਣਾ ਪਕੌੜੇ ਪਕੌੜੇ ਹੋਏ ਫਿਰ ਆ ਜਾਂਦੇ ਨਾ ਫਿਰ ਲੰਗਰ ਬਾਅਦ ਛਕ ਆਵਾਂਗੇ ਆ ਜਾਓ ਇੱਦਾਂ ਹੀ ਆ ਜਾਓ ਇੱਦਾਂ ਹੀ ਆ ਜਾਓ ਕੋਈ ਗੱਲ ਨਹੀਂ ਬੰਦੇ ਮੇਰੇ ਖਰਾਬੀਆਂ ਕਰਦੇ ਮੈਂ ਕੈਮਰੇ ਲਵਾਉਣ ਲੱਗਾ ਹੈਂ ਉਹ ਨਹੀਂ ਖਰਾਬੀ ਕੀਤੀ ਜਾਣੀ ਸਾਰੇ ਘਰ ਦੇ ਘੇਰੇ ਘੇਰੇ ਕੈਮਰੇ ਹੋ ਜਾਣੇ ਮੈਂ ਬੰਦੇ ਮੇਰੇ ਖਰਾਬੀਆਂ ਕਰਦੇ ਸੀ ਮੈਂ ਘੇਰੇ ਘੇਰੇ ਕੈਮਰੇ ਲਵਾ ਦੇਣੇ ਖਰਾਬੀਆਂ ਨਹੀਂ ਕਰ ਸਕਦੇ ਹੈਂ ਇਹ ਨਿੱਕੇ ਨਿੱਕੇ ਨਾ ਇਹਨਾਂ ਦੀ ਰਿਪੋਰਟ ਮੈਨੂੰ ਚਾਹੀਦੀ ਆ ਸਰਪੰਚ ਹੋਣਾ ਦੀ ਇਹ ਰਾਤ ਬਰਾਤੇ ਜਦੋਂ ਘਰੋਂ ਬਾਹਰ ਜਾਂਦੇ ਨਾ ਇਹਨਾਂ ਨੂੰ ਪਤਾ ਕੈਮਰੇ ਨਹੀਂ ਲੱਗੇ ਤੇ ਫਿਰ ਮੇਰਾ ਬਸ ਨਹੀਂ ਚੱਲਦਾ ਇਹਨਾਂ ਦੇ ਮੈਂ ਨਾ ਸਭ ਕਿਤੇ ਚੱਲਿਆ ਕਰਨਗੇ ਦੋ ਐਲ ਈ ਡੀ ਲਵਾਉਣੀਆਂ ਫੋਨ 'ਤੇ ਚੱਲਿਆ ਕਰਨਗੇ ਜਾਓਗੇ ਕਿੱਧਰ ਤੁਸੀਂ ਦੱਸੇ ਬਿਨਾਂ ਕਿਤੇ ਜਾ ਨਹੀਂ ਸਕਦੇ ਹੁੰਦੇ ਹਾਂ ਇਹਨੂੰ ਨਿਕਲ ਗਿਆ ਜੀ ਐਸਾ ਹੋਣਾ ਲਵਾਉਣੇ ਸਰਪੰਚ ਤੁਸੀਂ ਬਾਹਰ ਲੈ ਕੇ ਬਾਥਰੂਮ ਕਰ ਵੀ ਨਿਕਲਿਆ ਕਰੋਗੇ ਨਾ ਬਾਹਰ ਨਿਕਲੇ ਆ
ਪਹਿਲਾਂ ਤਾਂ ਬਾਈ ਹੋਣਾ, ਬਾਈ ਤੁਹਾਡਾ ਧੰਨਵਾਦ, ਤੁਸੀਂ ਇੱਡੇ ਦਿਨ ਸਾਡੇ ਵਾਸਤੇ ਟਾਈਮ ਕੱਢ ਕੇ ਆਏ ਜੀ, ਹੈਂ ਮੈਂ ਇੱਡੇ ਦਿਨ ਟਾਈਮ ਕੱਢ ਕੇ ਸਾਡੇ ਲਈ ਆਏ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਪਹਿਲਾਂ ਤਾਂ ਪਿਆਰ ਭਾਈ ਸਤਿ ਸ਼੍ਰੀ ਅਕਾਲ। ਹਾਂ, ਵੀਰੇ ਨੂੰ ਬਹੁਤ ਦੁਨੀਆ ਪਿਆਰ ਕਰਦੀ ਆ, ਵੀਰੇ ਦੇ ਬਲੌਗ ਮੈਂ ਵੀ ਦੇਖਦਾ, ਬਾਈ ਦੀ ਨਿਮਰਤਾ ਅਤੇ ਜਦੋਂ ਮੋਰਨਿੰਗ 'ਚ ਬਾਈ ਕੋਠੇ ਖੜ ਕੇ ਗੁਰਬਾਣੀ ਸੁਣਾਉਂਦਾ, ਉਹਦਾ ਆਨੰਦ ਬੰਦਾ ਦੇ ਨਹੀਂ ਸਕਦਾ। ਜਿਹੜਾ ਬੰਦਾ ਵੀਰੇ ਗੁਰੂ ਨਾਲ ਜੁੜਿਆ ਹੋਇਆ ਨਾ, ਉਹ ਇਹ ਫੀਲ ਕਰ ਸਕਦਾ, ਜੋ ਗੁਰੂ ਤੋਂ ਪਹਿਲਾਂ ਹੀ ਪਰੇ ਆ ਉਹ ਵੀ ਗੱਲਾਂ ਨਹੀਂ ਸਮਝ ਆਉਣੀ, ਸ਼ਬਦ ਵੀ ਸਹੀ ਨਹੀਂ ਲੱਗਣੇ, ਸਹੀ ਨਹੀਂ ਲੱਗਣੇ, ਜਿਹੜਾ ਜੁੜਿਆ ਉਹਨੂੰ ਵਧੀਆ ਲੱਗਣੇ, ਜੋ ਮਾਲਕ ਧਰਮ ਚਾਹੇ ਕੋਈ ਵੀ ਆ, ਸਹੀ ਗੱਲ, ਹਿੰਦੂ ਮੁਸਲਿਮ ਸਿੱਖ ਈਸਾਈ ਸਭ ਆਪਾਂ ਭਾਈ ਆ, ਮਤਲਬ ਰੱਬ ਦਾ ਨਾਚ ਸੱਚਾਈ ਤੇ ਮਿਠਾਸ ਆ, ਸਹੀ ਗੱਲ, ਤਾਂ ਹੀ ਭੋਰੇ ਖੜੇ ਆ, ਸੱਚੇ ਪਾਤਸ਼ਾਹ ਨੇ ਮਿਲਾਉਣਾ ਸੀ ਆਪਾਂ ਮਿਲ ਗਏ, ਸਬੱਬ ਵੇਲੋ ਆਪਣਾ ਕਿੱਦਾਂ ਬਣਿਆ ਹੈ, ਬਾਕੀ ਸ਼ੁਕਰੀਆ ਤੁਸੀਂ ਇਨਵਾਈਟ ਕੀਤਾ, ਨਹੀਂ ਨਹੀਂ ਬਹੁਤ ਬਹੁਤ ਧੰਨਵਾਦ ਤੁਹਾਡਾ, ਇਹ ਮੇਲ ਹੋਣਾ ਸੀ, ਭਰਾਵਾਂ ਦਾ ਪਿਆਰ ਪੈਣਾ ਸੀ, ਬਹਿ ਗਿਆ ਬਸ, ਬਾਬਾ ਤੇਰਾ ਮੋਟਰਸਾਈਕਲ ਚੁੱਕਿਆ ਗਿਆ ਸੀ ਨਾ ਤੇਰਾ, ਹੁਣ ਤੇਰਾ ਮੋਟਰਸਾਈਕਲ ਚੁੱਕਿਆ ਜਾਂਦਾ, ਟੈਨਸ਼ਨ ਨਾ ਲੈ, ਚੱਲ ਬੱਕਰੀ ਦੌੜ ਵੜੀ, ਮੈਂ ਵੀ ਕਹਿੰਦੇ ਚੋਬਰਾਂ ਨੇ ਕੰਮ ਸ਼ੁਰੂ ਕਰਤਾ ਜੇ ਵਾਲੀਬਾਲ ਗਰਾਊਂਡ ਦਾ, ਨਾਲ ਸਾਡਾ ਠੇਕੇਦਾਰ ਆ ਗਿਆ, ਠੇਕੇਦਾਰ ਨੂੰ ਬਹੁਤ ਜ਼ਿਆਦਾ ਸਾਥ ਬਣ ਜਾਣਾ ਵਾ, ਠੇਕੇਦਾਰ ਨੇ ਵਿੱਚ ਵਾਲੀਆਂ ਮਾਰਿਆ ਕਰਨੀਆਂ, ਕਹਿੰਦੇ ਲਿਬਰੋ ਠੇਕੇਦਾਰ ਅਗਰ ਨੂੰ ਵੇਖੀ ਬਾਲਾਂ ਕਿਤੇ ਚੁੱਕਦਾ ਹੈ, ਬਈ ਜੀ ਤਾਂ ਸਾਈਡ ਨਾਲੋਂ ਨਾ ਸਾਈਡ ਨਾਲੋਂ 12-12, 14-14 ਫੁੱਟ ਥਾਂ ਛੱਡ ਦੇ, ਉਹਦਾ ਤਾਂ ਵਾ ਕਿ ਕੱਲ੍ਹ ਨੂੰ ਆਪਾਂ ਮਤਲਬ ਸਾਈਡ 'ਤੇ ਸਾਫ਼ ਸਫਾਈ ਕਰਨੀ ਵੀ ਸੌਖੀ ਆ, ਅਤੇ ਇੱਕ ਜਿੱਦਾਂ ਹੈਂ ਚਵੱਚਾ ਵੀ ਹੋਣਾ ਨਾ, ਇੱਥੇ ਮੋਟਰ ਆਉਣੀ ਆ, ਆਹ ਇੱਥੇ ਇੱਥੇ ਬਲਜੀਤ ਬੋਰ ਹੀ ਆਹ ਇੱਟ ਦੇ, ਇੱਥੇ ਆਪਣੀ ਮੋਟਰ ਬੋਰ ਹੋਣਾ ਜੀ, ਅਤੇ ਇੱਥੇ ਚਵੱਚਾ ਆਉਣਾ ਜੀ, ਚਵੱਚੇ ਥਾਂ ਛੱਡ ਕੇ ਉਹ ਪਿਲਕਣ ਵਾਲੇ ਪਾਸੇ ਸਾਹਮਣੇ ਇੱਧਰੋਂ ਪਰਾਂ ਪਰਾਂ ਗਰਾਊਂਡ ਬਣਾਉਣੀ ਆ ਆਪਾਂ, ਆਹ ਥਾਂ ਤੋਂ ਘੱਟੋ ਘੱਟ ਵੀ ਚਵੱਚਾ ਵੀ ਕੱਲ੍ਹ ਨੂੰ ਬਣਨਾ ਆਪਣਾ, ਇਹ ਵੇਖੋ ਹੁਣ ਤੁਸੀਂ ਆਪਾਂ ਗਰਾਊਂਡ ਬਣਾਉਣੀ ਪਰਲੇ ਪਾਸੇ, ਇੱਧਰੋਂ ਸ਼ੁਰੂ ਕਰਦੇ ਨਾ, ਮਿੰਤੀ ਮਾਰਦੇ 66 ਫੁੱਟ ਲੰਬਾਈ 66 ਫੁੱਟ ਹੋਣੀ ਗਰਾਊਂਡ ਦੀ, ਇਹ ਵੇਖੋ ਤੁਸੀਂ ਛੱਡਤਾ ਨਾ 14 ਇੱਟ ਉੱਧਰ ਅਸੀਂ ਇੱਟ ਉੱਧਰ ਬੜਾ ਬਸ ਠੀਕ ਹੈ, ਪਰਲੇ ਪਾਸੇ ਕਿੰਨੀ ਆ ਕਿੱਧਰੋਂ ਮੋਟਰ, ਉੱਥੇ ਬੋਰ ਆਉਣੀ ਆ, ਅਤੇ ਬੋਰ ਆਪਾਂ ਚਵੱਚੇ ਦਾ ਮੂੰਹ ਕਿੱਧਰ ਵੀ ਕਰ ਸਕਦੇ ਹਾਂ, ਪੈਪ ਪਾ ਕੇ ਚਵੱਚਾ ਵੱਲ ਆਪਾਂ ਇੱਥੇ ਉਹਨੇ ਪੈਪ ਟੇਢਾ ਪਾ ਸਕਦੇ ਹਾਂ, ਆਪਾਂ ਉਦੋਂ ਇੱਧਰੋਂ ਪੈਪ ਪਾ ਦਾਂਗੇ ਇਹਨੂੰ, ਮਾਤਾ ਇੱਥੇ ਅਸੀਂ ਬੜਾ ਗੋ ਬਣਾਉਣ ਲੱਗੇ ਜੀ, ਗਰਾਊਂਡ ਬਣਾਉਣ ਲੱਗੇ ਤੁਹਾਡੇ ਸੈਰ ਕਰਨ ਨੂੰ, ਘੇਰੇ ਘੇਰੇ ਤੁਰਿਆ ਕਰੇ ਹੌਲੀ ਹੌਲੀ ਰੋਡ, ਹਾਂ ਉੱਧਰੋਂ ਪਰਲੇ ਪਾਸਿਓ ਆਹ ਛੱਡ ਲਓ, ਫਿਰ 20 ਛੱਡ ਲਓ, ਚੋਬਰ ਕਹਿੰਦੇ ਪ੍ਰਸ਼ਾਦਾ ਪਾਣੀ ਸ਼ਗਨ ਚੱਲੇ, ਅਤੇ ਚੋਬਰ ਸਾਡਾ ਨਾ ਕਿੱਥੋਂ ਆਇਆ, ਸਾਂਝੇ ਘਰ ਚ ਝਾਵਾਂ ਪਿਆ ਹੋਵੇ ਨਾ 5 ਸਾਲ ਵਰਤਿਆ ਹੋਵੇ ਚੰਗਾ ਹੁੰਦਾ, ਸਾਰੇ ਡੱਬਰ ਨੇ ਟੂਠੀ ਵਰਗਾ ਟੂਠੀ ਡਾਡੀ ਦਾ ਝਾਵਾਂ ਵੇਖਿਆ ਕਰੀ, ਉਹ ਜਿਹੜਾ ਬਿੰਦੀਆਂ ਹੀ ਆਉਣਾ ਹੁੰਦਾ, ਬਿੰਦੀਆਂ ਹੀ ਆਲਾ, ਇਹ ਕਾਲਾ ਕਿ ਲਾਲ, ਤੁਸੀਂ ਲਾਲ ਹੀ ਜਿਹੜਾ ਮਰਜ਼ੀ ਲਾ ਲਓ, 5 ਸਾਲ ਵਰਤਿਆ ਮਤਲਬ ਕਿੱਦਾਂ ਦਾ ਹੁੰਦਾ, ਤਾਂ ਵੀ ਇਹਨੂੰ ਸੋਹਣਾ ਲੱਗਣ ਡਿਆ ਹੁੰਦਾ ਉਹ, ਅਸੀਂ ਵੀਰੇ ਕਹਿੰਦੇ ਕਿਸੇ ਗੱਲ 'ਚ ਨਹੀਂ ਹੈਗੇ, ਆਪਾਂ ਤਾਂ ਬਸ ਵਲੌਗ ਦਾ ਸ਼ਾਰਟ ਲੈਣ ਡੇ, ਇਹ ਆਪਸ 'ਚ ਲੱਗੇ ਰਹਿਣ, ਪਿਆਰ ਵੀ ਬਾਬੇ ਹੱਸੇ ਦਾ ਜੀ ਥੋੜ੍ਹੀ ਲੱਗਣ ਡਿਆ ਸੀ ਅੱਜ,
ਹੁਣ ਮਿੱਤਰੋ ਅਸੀਂ ਥੱਲੇ ਮਾਰਿਓ ਮਾਰੀ ਵਾਲੀਬਾਲ ਦੇ ਗਰਾਊਂਡ ਤੇ ਪਹੁੰਚਾ ਕਿੱਥੇ ਦੂਜਾ ਕਿੱਥੋਂ ਹੈਗੀ ਕੋਈ ਤੋਰ ਤੇ ਢੰਗ ਹੈਗਾ ਕੋਈ ਉਹ ਇਦਾਂ ਹੀ ਆ ਇਦਾਂ ਹੀ ਕੰਮ ਤੱਕ ਉਹ ਤਾਂ ਟੌਮੈਟ ਜਾਰੀ ਪਾਈ ਸਾਰਾ ਉਹ ਸਾਰਾ ਇੰਨਾ ਹੀ ਗਰਿਆ ਆਂਦੇ ਉਹਦੀ ਗੱਲ ਪਤਾ ਲੱਗੀ ਆ ਕਿੰਨਾ ਗਰਿਆ ਬਿਨਤੀ ਮਾਰ ਲਈ ਆ ਆ ਕੇ ਅਸੀਂ ਹੁਣ ਪੋਲ ਕੱਢ ਰਹੇ ਆ ਉਹ ਤੋਂ ਪਹਿਲਾਂ ਅਸੀਂ ਸਾਡੇ ਚਾਚੀ ਹੋਣਾ ਘਰੇ ਖੰਡ ਪੜ ਸਕਦਾ ਭੋਗ ਹੀ ਅਸੀਂ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਆ ਕੇ ਬਹਿਣਾ ਗਈ ਹੈ ਤੂੰ ਬਚਾ ਕੇ ਰੱਖਣਾ ਖਾਣਾ ਮਜ਼ਾ ਜਾ ਪਖਾ ਕੇ ਖਾਦੇ ਤੂੰ ਦੋ ਦਿਨ ਚ ਮਾਰਨਾ ਮੈਂ ਰੋਟੀ ਤੋਂ ਬਾਅਦ ਜਿਹੜਾ ਆਹ ਸਿਰਾ ਕਰਾ ਤਾ ਨਾ ਜਿਹੜਾ ਉਧਰ ਲਾਲ ਡੇਪੇ ਲੱਗੀ ਬਾਬੇ ਦੀ ਗੱਦਾ ਕਰ ਬਾਬਾ ਗਿਣਤੀ ਮਿੰਤੀ ਦੇ ਪੀਸ ਆ ਨਹੀਂ ਨਹੀਂ ਸੁਣ ਵੀਰ ਬਹੁਤ ਆ ਇਹਨਾਂ ਤਾਂ ਰੱਜਣਾ ਹੀ ਨਹੀਂ ਬੈਟਮੈਨ ਮੈਂ ਤੇ ਬਾਊਜ਼ਰ ਜਦੋਂ ਮੈਂ ਛੱਕੇ ਮਾਰੇ ਨੇ ਭੁੱਚਣੇ ਸਾਰੇ ਮੈਂ ਰੈਫਰੀ ਕੋ ਬੜਾ ਮੈਂ ਖੇਡੂੰਗਾ ਮੈਂ ਰੈਫਰੀ ਬੜਾ ਮੈਂ ਖੇਡੂੰਗਾ ਚੋਪੜਾ ਨੇ ਕਹਿੰਦੇ ਰੇੜਾ ਮਾਰ ਲਈਆਂ ਜੀ ਬਾਬਾ ਆਉਂਦਾ ਨੀ ਫਿਰ ਪਛਾਣ ਮੁੜਦਾ ਜਾਂਦਾ ਲੈ ਹਜੇ ਲੜਕੀ ਜਾਂਦੇ ਹੋ ਲੈ ਇੱਥੇ ਬਹਿਨੇ ਫਿਰ ਆਜੋ ਆਜੋ ਭਜੇ ਬਹਿਣਾ ਘੜੀ ਤੇ ਫਿਲਟਰ ਲਾ ਦੇ ਥੱਲੇ ਗਾਰਾ ਗੰਦਾ ਕਰਨਾ ਨਹੀਂ ਸਾਲੇ ਉਹ ਦੂਜੇ ਰੂੜੀ ਜੀ ਸੁੱਟਦੀ ਪੂਰਖਾ ਫੋਨ ਸੁੱਟਦੀ ਵਿੱਚ ਹੁਣ ਉਹ ਨਹੀਂ ਜਾ ਗੁਰੂਆ ਉਹ ਉੱਥੇ ਗਿੱਡਗਾ ਉੱਥੇ ਇੱਥੇ ਗਿੱਡਗਾ ਹੀ
ਇੱਕ ਮਿੰਟ ਹੋਇਆ ਆਵੇ 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 ਆ ਫੜੋ ਫੋਨ ਮੈਂ ਹਾਲੇ ਫੜਨਾ ਨਹੀਂ ਗੰਦਾ ਫੋਨ ਆ ਆਵੇ ਪਿਆ ਆਵੇ ਆ ਪਿਆ ਜੀ ਮਾਰ 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 ਜਫੀ 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 ਵਾਲੀ ਬਾਬਾ ਲੈ ਵਿੱਚ ਲੈ ਬਾਬਾ ਇੱਧਰ ਲੈ ਜਾ ਬਾਬਾ ਲੈ ਜਾ ਲੈ ਜਾ ਲੈ ਜਾ ਬਾਬਾ ਲੈ ਜਾ ਇੱਧਰ ਲੈ ਜਾ ਬਾਬਾ ਜਫੀ ਵਾ ਕੇ ਇੱਧਰ ਲੈ ਜਾ ਬਾਬਾ ਲੈ ਜਾ ਇੱਦਾਂ ਹੀ ਕੋਈ ਗੁੱਸਾ ਨਹੀਂ ਕਰਦਾ ਚੱਲ ਬਾਬਾ ਲੈ ਜਾ 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 ਬਾਬਾ ਉੱਥੇ ਲੈ ਜਾ ਲੈ ਜਾ ਬਾਬਾ ਉਹ ਪਰਾ ਤਾਰਾ ਹੀ ਤੂੰ ਜਾਣ ਕੇ ਪੜਾਈ ਤੂੰ ਅੱਜ ਆਂਟੀ ਫੋਨ ਫੜ ਲਈ ਬਸ ਦੇ ਕਾਬੂ ਆ ਗਿਆ ਸੀ ਅਖੀਰ ਬਣ ਗਿਆ ਕਿਉਂਕਿ ਦੋ ਰੰਗਾਂ ਦਾ ਕਰਕੇ ਤੈਨੂੰ ਕੱਢਿਆ ਵਿੱਚ ਉਹਨਾਂ ਨੇ ਕੱਕੀ 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 ਆਜਾ 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 ਆਜੋ 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 ਕਿੱਦਾਂ ਫਿਰ ਕੀ ਕੰਮ ਖਰਾਬ ਕਰਤਾ ਇਹਨਾਂ ਨੇ ਹੈ ਹੈ ਕੀ ਬਚ ਗਿਆ ਕਿ ਨਹਾਈ ਵੀ ਕਰੀ ਹੋਈ ਅੱਜ ਅਸੀਂ ਬਿਜੀ ਹੋ ਗਏ ਥੋੜ੍ਹਾ ਜਿਹਾ ਪਾਣੀ ਪੂਣੀ ਗਰਮ ਕੀਤਾ ਸੀ ਪਰ ਨਵਾਏ ਨਹੀਂ ਗਿਆ ਕੱਲ ਨੂੰ ਸਹੀ ਗਿਆ ਕੱਲ ਨੂੰ ਕਿੰਨੇ ਨਾ ਨਾ ਵਿੱਚ ਬਜਰੀ ਪੈਣੀ ਹੈ ਪੂਰਾ ਘੋਲ ਪਾਉਣਾ ਵਾ ਬਲਜੀਤ ਹੋਣਾ ਬਲਜੀਤ ਹੋਣਾ ਤਾਂ ਹੀ ਵਿਹਲੇ ਕਰਾਇਆ ਟਾਈਮ ਸਿਰ ਬਲਜੀਤ ਘੋਲ ਪਾ ਕੇ ਫਿਰ ਜਾਣਾ ਜੀ ਅੱਜ ਅੱਜ ਭਾਵੇਂ ਨਾ ਅੱਧਾ ਘੰਟਾ ਕਈ ਨਾ ਤੋੜਦੀ ਸਵੇਰੇ ਆ ਟਾਕੀਆਂ ਬੰਨੀਆਂ ਉੱਤੇ ਅੱਜ ਹੀ ਮਾਲ ਚ ਕਰਾਈ ਹੋ ਜੇ ਅੱਜ ਹੀ ਮੈਂ ਨੇ ਗੱਲ ਮਾੜੀ ਚੀਜ਼ ਸਾਲਿਆ ਮੱਝ ਦਿੰਦਾ ਕੱਸੇ ਕਿਉਂ ਨੀ ਜਾਣ ਡਿਆ ਕੀ ਚੱਕਰ ਬਰਾਬਰ ਲੰਮੇ ਪੈ ਕਸਲੋ ਯਾਰ ਥੱਲੇ ਕਰ ਲੰਮੇ ਮੂੰਹ ਵਾਲੇ ਹੁਣ ਕਸੋ ਇਹਨੂੰ ਚੱਲ ਇੱਧਰ ਤੂੰ ਕਸ
ਟੁੱਟ ਜੂਗਾ ਤੇ ਫਿਰ ਕੋਈ ਨੀ, ਆਪਾਂ ਆਪਣੇ ਹਿਸਾਬ ਨਾਲ ਬਿਲਡਿੰਗ ਕਰਾ ਲਾਂਗੇ। ਅੜ ਗਿਆ ਮਾੜਾ ਜਿਹਾ ਤਾਂ ਨਹੀਂ ਅੜਿਆ, ਗਿਆ ਨਾ ਮਾੜਾ ਜਿਹਾ, ਪੂਰਾ ਡਾਉਣਾ ਮਾੜਾ ਨਹੀਂ ਡਾਉਣਾ। ਇੱਥੇ ਆਪਾਂ ਨੜ ਲੈ ਕੇ ਲੰਮੇ ਪਾੜਾਂਗੇ ਨਾ, ਡਾਓ ਜਿੰਨਾ ਅੜਦਾ ਠੀਕ ਹੈ। ਘੁੰਮਦਾ ਨਹੀਂ ਹੁਣ ਲੈ ਵੀ ਚੋਬਰ ਨੇ ਕਹਿੰਦੇ ਪੱਕਾ ਹੀ ਕੰਮ ਕਰਤਾ ਜੇ ਨਾਲ ਲੈਵਲ ਗੁੱਟ ਬਾਂਹ ਪਰਾਂ ਕਰ ਛੋਟੇ ਵੀਰ ਲੈਵਲ ਕੱਢ ਕੇ ਪੂਰੀ ਸੋਚੇ ਏਦਾਂ ਹੀ ਗਰਾਊਂਡ ਤਿਆਰ ਕਰ ਲੈਣੀ ਹੌਲੀ ਹੌਲੀ। ਉਹ ਆਪਣਾ ਸ਼ੇਰ ਆ ਜਾਲ ਜੂਲ ਲੱਭਣ ਵਾਲਾ ਪਰ ਕਿੱਥੇ ਟੁੱਟਿਆ ਆਪਾਂ ਗੁਰੂਆ, ਉਹ ਹੀ ਫੋਲੋ ਫਲਾਈ ਕਰਨੀ ਪੈਣੀ ਆਪਾਂ ਨੂੰ, ਵੇਖ ਲੈਣਾ ਦੋ ਬਾਲਟੀਆਂ ਹੋਰ ਪੈਣੀਆਂ ਹਨਾ। ਲੈ ਵੀ ਬੱਚਾ ਕਹੇਗਾ ਜੀ, ਬੱਚਾ ਕਹੇਗਾ ਜਾਓ ਜਾ ਕੇ ਆਣਾ ਪੋਲ ਤੇ ਯਾਰ ਹੋਣਾ ਦਿੱਤੇ ਜੇ ਗੱਡ ਤੇ ਹੁਣ ਹੁਣ ਨਹਾ ਧੋ ਕੇ। ਹਾਂ ਵੀ ਕੋਕੀ ਲੱਭਾ ਨੀ ਭਲਾ ਗੱਡੀ ਫੋਰਚੂਨਰ ਕਿੱਥੇ ਲਾ ਉੱਧਰ ਲਾਤੀ? ਬਸ ਠੀਕ ਹੈ, ਕੁੱਤੇ ਘੁਮਾ ਕੇ ਲਿਆਉਣੇ ਸੀ ਯਾਰ, ਪਾਓ ਪੜਾ ਜਾ ਮਾੜਾ ਇਹਨਾਂ ਨੂੰ ਹੈਂ। ਉਹ ਪਲਾਸ ਲੱਭਣ ਦੇ ਤਾਰ ਲਾਉਣ ਲੱਗੇ ਮੇਰੇ ਹਿਸਾਬ ਨਾਲ, ਪ੍ਰਧਾਨ ਕੀ ਗੱਲ ਆ? ਕੌਣ ਗਿਆ ਕੌਣ ਆ ਕੌਣ ਸੱਤੂ ਗਾਂ ਚਲ ਗਿਆ ਕਿਸੇ ਪਾਸੇ ਤੇ ਚਲਾ ਚਲੀ ਫੜਾ ਤੇਰੀ ਚੱਲ ਤੇਰੀ ਚੱਲ 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 ਲੈ ਵੀ ਆ ਇਹਨਾਂ ਦੀ ਸੰਗਲੀਆਂ ਪਤਾ ਕਿਉਂ ਲਿਆਂਦੀਆਂ? ਕਿਉਂਕਿ ਜਦੋਂ ਇਹਨਾਂ ਨੂੰ ਖੁੱਲ੍ਹੇ ਛੱਡ ਦੇਈਦਾ ਸੀ ਨਾ ਫਿਰ ਲਿਬੜ ਕੇ ਆ ਜਾਂਦੇ, ਹੁਣ ਇਹਨਾਂ ਨੂੰ ਆਪ ਘੁਮਾ ਕੇ ਲਿਆ ਕਰਨਾ। ਚੱਲ 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 ਹਾਲੇ ਇਹਨਾਂ ਨੇ ਨਹਾਉਣਾ ਤਾਂ ਨਵਾਇਆ ਨਹੀਂ ਗਿਆ, ਅੱਜ ਮੈਂ ਬਿਜ਼ੀ ਹੋ ਗਿਆ ਥੋੜ੍ਹਾ ਜਿਹਾ, ਕੱਲ੍ਹ ਨੂੰ ਨਵਾ ਧਵਾ ਕੇ ਇਹਨਾਂ ਦੇ ਐਂ ਉੱਤੇ ਰਿਪੋਰਟ ਕਰ ਦਿੰਦੀ ਹਾਂ। ਚੱਲ 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 ਚੁੱਪ ਰਾ ਜਾ 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 ਆਪਾਂ ਨੂੰ ਜੰਗਲੀ ਪੈ ਗਈ ਆ ਉਹ ਤੇਰਾ ਭਲਾ ਨਹੀਂ ਲੱਗ ਨਹੀਂ ਲੱਗ ਦੂਰ ਰੱਖ ਬੜਾ ਗੁਰੂਆ ਇੰਨੇ ਬੜਾ ਕੌੜਾ ਹੋਣਾ ਰੱਸੀ ਨਾਲ ਹਿਸਾਬ ਨਾਲ ਹੈਨਾ ਹਜੇ ਇਹਦੀ ਉਮਰ ਨੀ ਨਾ ਆਈ, ਬਲੱਡ ਲਾਈਨ ਇੱਦਾਂ ਦੀ ਆਟੋਮੈਟਿਕਲੀ ਗੱਲ ਪਰ ਜੋ ਚਾਹੁੰਦਾ ਉਹ ਲੜੀ ਜਾਣਾ ਉਸੇ ਵੇ ਉਹ ਤੇਰਾ ਬੜਾ ਜੇ ਤੇਰਾ ਹੋਰ ਨਾ ਕੇ ਬਾਪੂ ਦਾ ਇੰਪੋਰਟੈਂਟ ਪੋਤਿਆ ਤੂੰ ਤੈਨੂੰ ਪਤਾ ਉਹ ਦਿਨ ਮਖੌਲ ਕਰਦੇ ਨੇ ਕਿਤਰਾ ਦਿਨ ਤੈਨੂੰ ਕਿੱਦਾਂ ਫਿਰ ਸੋਹਣੇ ਲੜਦੇ ਬੜਾ ਤੁਸੀਂ? ਹਾਂ ਵੀ ਪ੍ਰਧਾਨ ਕਿੱਦਾਂ ਪੁੱਤ ਲਾਡੀਆਂ ਧਿਆਨ ਨਾ ਓਏ ਲੱਗੀ ਕੀ ਗੱਲ ਮੈਂ ਤੇਰੇ ਕੰਨਾਂ ਤੇ ਮਾਰੂ ਫਿਰ ਚਪੇੜਾ
ਕੀ ਗੱਲ ਕੀ ਗੱਲ ਰੱਸੀ ਨੀ ਖੋਲਣੀ ਖਰਾਬੀਆਂ ਕਰਦਾ ਤੂੰ ਗੁਰੂ ਮਹਾਰਾਜ ਦਰਸ਼ਨ ਮਿਲੇ ਕਰਕੇ ਆਈਏ ਅੱਜ ਸਾਡਾ ਪਲੈਨ ਹੈਗਾ ਜੀ ਟਾਲਾ ਸਾਹਿਬ ਜਾਣ ਦਾ ਐਤਵਾਰ ਬਾਬਾ ਜੀ ਦਰਸ਼ਨ ਮਿਲੇ ਕਰਕੇ ਆਉਂਦੇ ਹਾਂ ਵਾਲੀਬਾਲ ਤਾਂ ਨੈੱਟ ਵੀ ਹਿਲਾ ਤਾ 2 ਸਾਲ ਹੋ ਗਏ ਸਾਨੂੰ ਗੱਲਾਂ ਕਰ ਦੇਣਗੇ ਅੱਜ ਲਾਉਂਦੇ ਭੜਕੇ ਲਾਉਂਦੇ 2-2.5 ਸਾਲ ਹੀ ਹੋ ਗਏ ਜੀ ਅਤੇ ਅੱਜ ਆਪਾਂ ਬੋਲ ਦਿੱਤੇ ਜੀ ਗੱਡ ਅਤੇ ਕੱਲ੍ਹ ਸ਼ਾਮਾਂ ਨੂੰ ਆਪਾਂ ਨੈੱਟ ਦੇਵਾਂਗੇ ਲਾ ਅਤੇ ਫਿਰ ਓਕੇ ਰਿਪੋਰਟ ਦੇਵਾਂਗੇ ਕਰਾ ਤੁਹਾਨੂੰ ਗੁਰੂ ਮਹਾਰਾਜ ਦਰਸ਼ਨ ਮਿਲੇ ਕਰਕੇ ਅਤੇ ਫਿਰ ਆਉਂਦੇ ਹਾਂ ਘਰ ਜੀ ਮਿੱਤਰੋ ਗੁਰੂ ਮਹਾਰਾਜ ਦਰਸ਼ਨ ਮੇਲੇ ਕਰ ਲਏ ਜੀ ਯਾਰ ਅਤੇ ਹੁਣ ਚੱਲੇ ਪਾਉਣੇ ਸਿੱਧੇ ਸ਼ੇਰਾ ਘਰੇ ਜਾਣਾ ਕੀ ਕਰਨਾ ਕਿਤੇ ਰੁਕਣਾ ਕਿਤੇ ਸ਼ਰਧਾ ਪਾਣੀ ਪਹਿਲਾਂ ਘਰੇ ਚੱਲੀਏ ਉਹ ਤੋਂ ਬਾਅਦ ਜੇ ਕੋਈ ਪਲੈਨ ਬਣੂਗਾ ਫਿਰ ਉਸ ਨਾਲ ਐਡਜਸਟਮੈਂਟ ਕਰ ਲਵਾਂਗੇ ਛੋਟੇ ਵਿਆਹ ਸਿਰਿਆ ਕੀ ਹੋ ਗਿਆ ਚੋਭਰਾ ਰੋਖੀਆਂ ਰੋਖੀਆਂ ਜਗੀਆਂ ਲਿੱਟ ਲਾਈਆਂ ਲਾਈਆਂ ਤਾਂ ਲਾਈਆਂ ਲਾਈਆਂ ਝਕੜੀਆਂ ਲਾਈਆਂ ਅਤੇ ਲਾਈਆਂ ਤਾਂ ਪੈਸੇ ਲਾਏ ਚੋਭਰੋ ਖੇਲ ਦੋ ਗੇਟ ਖੇਲ ਦੋ ਬਈ ਲਾਈਟਾਂ ਸਿਰਿਆ ਆਪਾਂ ਨਾ ਗੇੜੇ ਖੁੱਲਦੇ ਰਹੇ ਖੋਲਦਾ ਫਿਰ ਮਿਲਦੇ ਹਾਂ ਸਵੇਰੇ ਨਵੇਂ ਵਲੋਗ ਦੇ ਨਾਲ ਅਤੇ ਵੇਖੋ ਸਵੇਰ ਦਾ ਵਲੋਗ ਫਿਰ ਕਿੱਧਰੋਂ ਜਾਂਦਾ ਅਤੇ ਨੈੱਟ ਵਾਲਾ ਕੰਮ ਤਾਂ ਆਪਾਂ ਕਰਤਾ ਜੋ ਕੇ ਰਿਪੋਰਟ ਅਤੇ ਇੱਕ ਦਿਨ ਨਾ ਦਿਨ ਹੋ ਗਏ ਬੜੇ ਛੋਟੇ ਜਿਹੇ ਧੁੰਦ ਬੜੀ ਪੈਂਦੀ ਅਤੇ ਜਿੰਨਾ ਕੁ ਵਲੋਗ ਬਣਦਾ ਇੰਨਾ ਕੁ ਤੁਹਾਨੂੰ ਵੇਖਣਾ ਪੈਣਾ ਜਿੱਦਣ ਧੁੱਪਾਂ ਲੱਗਣ ਡਹਿ ਪੈਣਗੀਆਂ ਧੁੰਦ ਕੱਢ ਜੂਗੀ ਫਿਰ ਥੋੜ੍ਹਾ ਜਿਹਾ ਹੋਰ ਓਕੇ ਰਿਪੋਰਟ ਹੋ ਜੂਗਾ ਕੰਮ ਹੈ ਨਾ ਕੀ ਹੈ ਕਿ ਅਸੀਂ ਚਲੋ ਟਾਈਮ ਸਿਰ ਉੱਠ ਵੀ ਪਈਦਾ ਧੁੰਦ ਦੇ ਵਿੱਚ ਕੋਈ ਦੇਖਦਾ ਦੁਖਦਾ ਨਹੀਂ ਕਿਸੇ ਪਾਸੇ ਜਾਣਾ ਆਉਣਾ ਵੀ ਹੋਵੇ ਉਹ ਸਵਾਦ ਜਿਹਾ ਨਹੀਂ ਆਉਂਦਾ ਵਲੋਗ ਬਣਾਉਂਦਾ ਫਿਰ ਹੈ ਨਾ ਇੱਕ ਨਾਲ ਦੇ ਬੰਦੇ ਨਹੀਂ ਫਿਰ ਉੱਠਦੇ ਠੰਡ ਬੜੀ ਮਨਾਉਂਦੇ ਹੈ ਨਾ ਅਤੇ ਚਲੋ ਆਪਣੀ ਦੇ ਬਾਬੇ ਦੀ ਕਿਰਪਾ ਨਾਲ ਰੂਟੀਨ ਵਧੀਆ ਬਣੀ ਹੈ ਅਤੇ ਬਾਕੀ ਮਿਲਦੇ ਮੇਰੇ ਜਾਣ ਸਵੇਰੇ ਅਤੇ ਸਨੈਪਚੈਟ ਅਤੇ ਇੰਸਟਾਗ੍ਰਾਮ 'ਤੇ ਗੇੜਾ ਛੇੜਾ ਮਾਰਾ ਉੱਧਰ ਵੀ ਹੈ ਅਤੇ ਜਾਂਦੇ ਜਾਂਦੇ ਘੈਂਟ ਜਿਹਾ ਕਮੈਂਟ ਕਰ ਜਿਹਦੇ ਬਾਕੀ ਮਿਲਦੇ ਮੇਰੇ ਜਾਣ ਸਵੇਰੇ ਜਿਹਦੇ ਵਸਦੇ ਰਹੋ ਅਤੇ ਨਜ਼ਾਰੇ ਲਓ।